ਸਿੱਖ ਮਾਂ ਨੇ ਪੁੱਤ ਸਿਰਫ ਇਸ ਲਈ ਪੈਦਾ ਕੀਤੇ ਨੇ ਕਿ ਮਰ ਜਾਣ ਮਾਫ ਕਰਨਾ ਜੀ ਮੈਂ ਤੁਹਾਡੇ ਕੋਲ ਕੁਛ ਨਾ ਚਾਹੁੰਦਾ ਕਿ ਸਿੱਖ ਮਾਂ ਇਸ ਕਰਕੇ ਪੁੱਤ ਪੈਦਾ ਕਰਦੀ ਐ ਅਸੀਂ ਰਾਜ ਕਰਨਾ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਕਿ ਸਮਾਜ ਵਿੱਚ ਰਹੀਏ ਇਦਾਂ ਦਾ ਪ੍ਰਚਾਰ ਕਰਕੇ ਦਿਮਾਗ ਵਿੱਚ ਇਹ ਗੱਲ ਪਾਈ ਜਾ ਰਹੀ ਹੈ ਕਿ ਅਸੀਂ ਸਿਰਫ ਮਰਨ ਵਾਸਤੇ ਪੈਦਾ ਹੋਏ ਹਾਂ ਨਹੀਂ ਅਸੀਂ ਦਿਮਾਗ ਵਰਤ ਕੇ ਸਮਾਜ ਵਿੱਚ ਰਹਿਣਾ ਜੇ ਵਿਦੇਸ਼ਾਂ ਵਿੱਚ ਸਾਡੇ ਡਿਫੈਂਸ ਮਿਨਿਸਟਰ ਹੋ ਸਕਦੇ ਆ ਉੱਥੇ ਐਮਪੀ ਐਮਐਲਏ ਹੋ ਸਕਦੇ ਆ ਤੇ ਅਸੀਂ ਵੀ ਇੱਥੇ ਆਪਣੇ ਆਪ ਨੂੰ ਵਧੀਆ ਇਨਸਾਨ ਬਣਾਈਏ ਸਮਾਜ ਵਿੱਚ ਚੰਗੇ ਕੰਮ ਕਰੀਏ ਚੰਗੀ ਸੋਚ ਦੇ ਧਾਰਨੀ ਬਣੀਏ ਤੇ ਅਸੀਂ ਵਿਚਾਰ ਸਮਾਜ ਵਿੱਚ ਚੰਗੇ ਲੈ ਕੇ ਆਈਏ ਕਿਉਂ ਨਹੀਂ ਅਸੀਂ ਇੱਕ ਗਰਮ ਸਿਕ ਪੰਕਤੀ ਗੱਲ ਕਰਦੇ ਕਿ ਬਹੁਤ ਕੁਝ ਸਾਡੇ ਵਿੱਚ ਇਦਾਂ ਦਾ ਪਰੋਸਿਆ ਜਾ ਰਿਹਾ ਜਿਹੜਾ ਗੁਰੂ ਦੀ ਵਿਚਾਰ ਤੋਂ ਕੋਹਾਂ ਦੂਰ ਆ ਸਾਨੂੰ ਸਿਆਣੇ ਬਣਨਾ ਪੈਣਾ ਅੱਜ ਉਹ ਚਾਹੁੰਦੇ ਆ ਤੇ ਕੁਝ ਬਾਹਰ ਬੈਠੇ ਬੰਦੇ ਇਥੋਂ ਦੇ ਹਾਲਾਤ ਵਿਗਾੜਨ ਵਾਸਤੇ ਉਹ ਇਥੋਂ ਦੇ ਹਾਲਾਤ ਬੈਠੇ ਆ ਆਪ ਸੇਫ ਜਗ੍ਹਾ ਤੇ ਬੈਠੇ ਆ ਪੋਤੋਨਾ ਤੇ ਸੇਫ ਜਗ੍ਹਾ ਤੇ ਬੈਠੇ ਆ ਮੈਂ ਮਾਫ ਕਰਨਾ ਮੈਂ ਗੁਰਬਾਣੀ ਚ ਹਵਾਲਾ ਦੇਣ ਲੱਗਾ ਹਰਨਾ ਬਾਜਾਂ ਤੈਸਕਦਾਰਾਂ ਇਹਨਾਂ ਪੜਿਆ ਨਾਉ ਫਾਂਦੀ ਲੱਗੀ ਜ਼ਾਤ ਪਹੈਣ ਅੱਗੇ ਨਾਹੀ ਥਾਉ ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਉ ਫੈਡਰੇਸ਼ਨ ਦੇ ਵਿੱਚ 84 ਤੋਂ ਪਹਿਲਾਂ ਤੇ ਸੰਤਾਪ ਘਟ ਪੋ ਗਿਆ ਸਾਡੇ ਪੰਜਾਬੀਆਂ ਨੇ ਵੱਡੇ ਵੱਡੇ ਫੈਡਰੇਸ਼ਨਾਂ ਦੇ ਆਗੂ ਨਾਰੇ ਮਾਰਨ ਵਾਲੇ ਅੱਜ ਟਿਕਟਾਂ ਲੈਂਦੇ ਫਿਰਦੇ ਆ ਸਿਆਸੀ ਬੰਦਿਆਂ ਦੇ ਕੋਲ ਲੋਕਾਂ ਦੇ ਇਹਦੇ ਪਲਾ ਹੋਵੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦਾ 84 ਦੇ ਵਿੱਚ ਉਸ ਤੋਂ ਬਾਅਦ ਕਈ-ਕਈ ਸਾਲ ਪਿੰਡਾਂ ਵਿੱਚੋਂ ਸ਼ਰਮ ਵਿੱਚੋਂ ਬਰਾਤ ਨਹੀਂ ਨਿਕਲੀ ਕੋਈ ਅਗਲੇ ਐਸੀ ਨਸਲ ਕੁਸੀ ਕੀਤੀ ਸੀ 25000 ਤੋਂ ਵੱਧ ਲਾवारਸ ਕਹਿ ਕੇ ਮਜੀਠਾ ਤਰਨਤਾਰਨ ਪੱਟੀ ਅੰਮ੍ਰਿਤਸਰ ਇਹਨਾਂ ਸ਼ਮਸ਼ਾਨ ਘਾਟਾਂ ਵਿੱਚ ਇਹਨਾਂ ਮੜੀਆਂ ਵਿੱਚ ਨੌਜਵਾਨਾਂ ਨੂੰ ਸੰਸਕਾਰ ਕਰ ਦਿੱਤਾ ਗਿਆ ਸੀ ਤੇ ਕੀ ਕਿਹਾ ਗਿਆ ਸੀ ਇਹ ਲਾवारਸ ਆ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਜਿਨ੍ਹਾਂ ਨੇ ਉਹਨਾਂ ਦਾ ਰਿਕਾਰਡ ਕੱਢ ਕੇ ਲਿਆਂਦਾ ਮਾਵਾ ਨੇ ਕਿਹਾ ਵੇ ਸਰਦਾਰ ਜਸਵੰਤ ਸਿਆ ਵੇ ਪੁੱਤਰਾ ਸਾਨੂੰ ਇਹਨਾ ਦੱਸ ਦੇ ਕਿ ਸਾਡਾ ਪੁੱਤ ਜਿਉਂਦਾ ਹੈ ਕਿ ਦੁਨੀਆ ਤੋਂ ਚਲਾ ਗਿਆ ਕਮ ਸੇ ਕਮ ਅਹੀਂ ਰਾਤ ਨੂੰ ਦਰਵਾਜ਼ਾ ਤੇ ਬੰਦ ਕਰ ਲਿਆ ਕਰੀਏ ਮਾਵਾ ਬੈਠੀਆਂ ਤੁਸੀਂ ਮੇਰੀ ਉਹ ਭੈਣੋ ਪੁੱਤਰ ਇਹ ਵੀ ਨਾ ਪਤਾ ਹੋਵੇ ਹੈਗਾ ਕਿ ਚੜ੍ਹਾਈ ਕਰ ਗਿਆ ਦਰਵਾਜ਼ਾ ਬੰਦ ਕਰਨ ਨੂੰ ਸ਼ਾਮਾਂ ਨੂੰ ਜੀ ਦੀ ਕਰਦਾ ਪਤਾ ਨਹੀਂ ਕਿਹੜੇ ਵੇਲੇ ਆ ਜਾਣਾ ਆਪਣੇ ਹੱਥੀ ਸੰਸਕਾਰ ਕਰ ਦਈਏ ਫਿਰ ਪਤਾ ਤਾਂ ਹੁੰਦਾ ਵੀ ਹੁਣ ਚਲਾ ਗਿਆ ਇਹ ਨਹੀਂ ਸੀ ਪਤਾ ਮਾਵਾ ਨੂੰ ਕਈ ਕਈ ਸਾਲ ਲੱਗਾ ਕਿ ਸਾਡਾ ਪੁੱਤ ਹੈਗਾ ਕਿ ਨਹੀਂ ਹੈਗਾ ਤੇ ਗੁਨਾਹ ਕੀ ਸੀ ਉਹਨਾਂ ਪੁੱਤਾਂ ਦਾ ਕੋਈ ਡੇਰੀ ਦੁੱਧ ਪਾਉਣ ਗਿਆ ਸੀ ਕੋਈ ਬਜ਼ੁਰਗ ਬਾਪੂ ਦੀ ਦਵਾਈ ਲੈਣ ਗਿਆ ਸੀ ਕੋਈ ਆਪਣੀ ਭੈਣ ਦੇ ਸਹੁਰੇ ਗਿਆ ਸੀ ਕੋਈ ਸਕੂਲ ਕਾਲਜ ਪੜਨ ਗਿਆ ਸੀ ਫੜ ਕੇ ਤੇ ਪੁਲਿਸ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਭਾਵੇਂ ਇਹਦੇ ਵਿੱਚ ਸਰਕਾਰਾਂ ਦੀ ਬੜੀ ਵੱਡੀ ਚਾਲ ਸੀ ਅਗਲੇ ਚਾਹੁੰਦੇ ਆ ਤੁਸੀਂ ਪੁੰਗਰੋ ਤੇ ਤੁਹਾਨੂੰ ਅਸੀਂ ਵਢੀਏ ਤਾਂ ਕਿ ਤੁਸੀਂ ਕਿਸੇ ਦੀ ਮੁੜ ਕੇ ਹਮਦਰਦੀ ਲੈਣ ਜੋਗੇ ਕੀ ਸਿੱਖ ਮਾਂ ਨੇ ਪੁੱਤ ਸਿਰਫ ਇਸ ਲਈ ਪੈਦਾ ਕੀਤੇ ਨੇ ਕਿ ਮਰ ਜਾਣ ਮਾਫ ਕਰਨਾ ਜੀ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਨਾ ਕਿ ਸਿੱਖ ਮਾਂ ਇਸ ਕਰਕੇ ਪੁੱਤ ਪੈਦਾ ਕਰਦੀ ਹੈ ਅਸੀਂ ਰਾਜ ਕਰਨਾ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਕਿ ਸਮਾਜ ਵਿੱਚ ਰਹੀਏ ਇਦਾਂ ਦਾ ਪ੍ਰਚਾਰ ਕਰਕੇ ਦਿਮਾਗ ਵਿੱਚ ਇਹ ਗੱਲ ਪਾਈ ਜਾ ਰਹੀ ਹੈ ਕਿ ਅਸੀਂ ਸਿਰਫ ਮਰਨ ਵਾਸਤੇ ਪੈਦਾ ਹੋਏ ਆ ਨਹੀਂ ਅਸੀਂ ਦਿਮਾਗ ਵਰਤ ਕੇ ਸਮਾਜ ਵਿੱਚ ਰਹਿਣਾ ਜੇ ਵਿਦੇਸ਼ਾਂ ਵਿੱਚ ਸਾਡੇ ਡਿਫੈਂਸ ਮਿਨਿਸਟਰ ਹੋ ਸਕਦੇ ਆ ਉਥੇ ਐਮਪੀ ਐਮਐਲਏ ਹੋ ਸਕਦੇ ਆ ਤੇ ਅਸੀਂ ਵੀ ਇੱਥੇ ਆਪਣੇ ਆਪ ਨੂੰ ਵਧੀਆ ਇਨਸਾਨ ਬਣਾਈਏ ਸਮਾਜ ਵਿੱਚ ਚੰਗੇ ਕੰਮ ਕਰੀਏ ਚੰਗੀ ਸੋਚ ਦੇ ਧਾਰਨੀ ਬਣੀਏ ਤੇ ਅਸੀਂ ਵਿਚਾਰ ਸਮਾਜ ਵਿੱਚ ਚੰਗੇ ਲੈ ਕੇ ਆਈਏ ਕਿਉਂ ਨਹੀਂ ਅਸੀਂ ਇੱਕ ਗ੍ਰੰਥਿਕ ਪੰਥ ਦੀ ਗੱਲ ਕਰਦੇ ਕਿਉਂ ਨਹੀਂ ਅਸੀਂ ਗੁਰੂ ਪਾਤਸ਼ਾਹ ਦੀ ਵਿਚਾਰਧਾਰਾ ਦੀ ਗੱਲ ਕਰਦੇ ਵਧੀਆ ਰਾਜ ਭਾਗ ਹੋ ਸਕਦਾ ਪਰ ਗੱਲ ਇਹ ਆ ਕਿ ਅੱਜ ਇਸ ਬੰਨੇ ਸਾਡਾ ਸਮਾਜ ਉਤਰਨ ਨੂੰ ਤਿਆਰ ਨਹੀਂ ਹੈ ਅਸੀਂ ਮਨਮਤ ਦੇ ਆਦੀ ਐਸੇ ਹੋ ਗਏ ਆ ਸਾਨੂੰ ਇਹੋ ਜਿਹਗਲਿਆਂ ਨੇ ਆਪਣੇ ਭਰਮ ਜਾਲ ਚ ਫਸਾਇਆ ਕਿ ਉਹਦੇ ਵਿੱਚੋਂ ਜੇ ਕੋਈ ਪੰਥਦਰਦੀ ਤੁਹਾਨੂੰ ਪਤਾ ਹੈ ਸਰਦਾਰ ਪਾਰਸ ਸਿੰਘ ਪUREਵਾਲ ਨੇ ਜਦੋਂ ਕਲੈਂਡਰ ਤਿਆਰ ਕੀਤਾ ਸੀ ਉਹਨਾਂ ਨੇ ਇਸ ਤੋਂ ਅੱਗੇ ਦੀ ਗੱਲ ਵੀ ਕੀਤੀ ਸੀ ਕਿ ਦਿਨਾਂ ਦੇ ਨਾਮ ਹੀ ਜਿਵੇਂ ਮੰਗਲਵਾਰ ਹੈ ਸੋਮਵਾਰ ਹੈ ਬੁੱਧਵਾਰ ਹੈ ਜਿਵੇਂ ਵੀਰਵਾਰ ਹੈ ਸ਼ੁੱਕਰਵਾਰ ਹੈ ਸ਼ਨੀਵਾਰ ਹੈ ਬਈ ਇਹ ਵਾਰ ਵੀ ਪੰਜਾਂ ਪਿਆਰਿਆਂ ਦੇ ਨਾਂ ਤੇ ਹੋਏ ਜਾਣ ਸਹਿਬ ਜਾਦਿਆਂ ਦੇ ਨਾਂ ਤੇ ਉਹਨ ਤਾਂ ਕਿ ਸਾਡੇ ਚ ਇਹ ਗੱਲ ਆ ਜਾਏ ਕਿ ਅੱਜ ਅੱਜ ਬਾਬਾ ਜੀ ਸਿੰਘ ਵਾਰ ਹੈ ਅੱਜ ਬਾਬਾ ਜੁਝਾਰ ਸਿੰਘ ਵਾਰ ਹੈ ਉਹਨੇ ਹੀ ਸੋਚਤੀ ਇਦਾਂ ਦੀ ਸੀ ਕਿ ਸਾਨੂੰ ਵਾਰਾਂ ਦੇ ਨਾਂ ਬਾਨੇ ਸਾਨੂੰ ਆਪਣੇ ਗੁਰੂ ਦੇ ਪੁੱਤਰ ਗੁਰੂ ਦੇ ਸਹਿਬ ਜਾਦੇ ਯਾਦ ਹੋ ਜਾਣ ਤੇ ਐਸੇ ਇਨਸਾਨ ਨੂੰ ਕੋਈ ਕਾਮਰੇਡ ਕਵੇ ਅੰਦਾਜ਼ਾ ਤੁਸੀਂ ਆਪੇ ਲਾ ਲਓ ਕਿ ਲੋਕ ਇਸ ਮਿੱਟੀ ਦੇ ਬਣੇ ਹੋਣਗੇ ਜਿਹੜੇ ਚਾਹੁੰਦੇ ਸੀ ਕਿ ਤੁਹਾਡੇ ਘਰਾਂ ਵਿੱਚ ਗੁਰੂ ਦੀ ਵਿਚਾਰ ਆਵੇ ਜਿਹੜੇ ਚਾਹੁੰਦੇ ਸੀ ਤੁਹਾਡੇ ਗੁਰੂ ਦਾ ਪ੍ਰਕਾਸ਼ ਪੁਰਬ ਵਿਦੇਸ਼ਾਂ ਵਿੱਚ ਤੁਹਾਡੇ ਵਿੱਚੋਂ ਕਈਆਂ ਦੇ ਪੁੱਤ ਵੀ ਵਿਦੇਸ਼ ਬੈਠੇ ਹੋਣੇ ਆ ਉਹਨਾਂ ਨੂੰ ਫੋਨ ਲਾ ਕੇ ਪੁੱਛਿਓ ਜੇ ਉੱਥੋਂ ਦੀਆਂ ਸਰਕਾਰਾਂ ਇਹ ਕਹਿਣ ਕਿ ਅਸੀਂ ਚਾਹੁੰਦੇ ਹਾਂ ਤੁਸੀਂ ਸਾਡੇ ਸਮਾਜ ਲਈ ਬੜਾ ਕੁਝ ਕੀਤਾ ਹੈ ਤੁਸੀਂ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਬੜਾ ਕੁਝ ਕੀਤਾ ਹੈ ਸੀ ਚਾਹੁੰਦੇ ਹਾਂ ਤੁਹਾਡੇ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਜਿਵੇਂ 25 ਦਸੰਬਰ ਨੂੰ 크리스마ਸ ਡੇ ਹੁੰਦੀ ਹੈ ਅਸੀਂ ਵੀ ਚਾਹੁੰਦੇ ਹਾਂ ਤੁਹਾਡੇ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਅਸੀਂ ਛੁੱਟੀ ਕਰੀਏ ਪਰ ਸਾਨੂੰ ਇੱਕ ਦਿਨ ਦੱਸ ਦਿਓ ਕਿਹੜਾ ਉਸੇ ਪੁੱਛਦੇ ਆਓ ਕੀ ਜਵਾਬ ਦੇਣਗੇ ਜੀ ਉਥੇ ਜੇ ਤਾਂ ਤੁਹਾਡਾ ਇੱਕ ਦਿਨ ਤੇ ਹੋਏਗਾ ਵੀ 23 ਪੋ 5 ਜਨਵਰੀ ਤੇ ਦੱਸ ਦਿਓਗੇ ਤੇ ਜੇ ਕਹੋਗੇ ਪਤਾ ਨਹੀਂ ਹਰ ਕੀ ਦਸੰਬਰ ਚ ਆਉਣਾ ਪਤਾ ਨਹੀਂ ਹਰ ਕੀ ਜਨਵਰੀ ਚ ਆਉਣਾ ਤੇ ਪਤਾ ਨਹੀਂ ਇੱਕ ਸਾਲ ਦੇ ਵਿੱਚ ਉੱਚੀ ਬੋਲੋ ਪਿਆਰਿਓ ਇੱਕ ਵਾਰ ਆਉਣਾ ਨਹੀਂ ਤੇ ਇੱਕ ਵਾਰ ਦੋ ਵਾਰ ਆਉਣਾ ਤੇ ਅਜੇ ਅਸੀਂ ਕੀ ਆ ਨਿਆਰੇ ਆ ਇਹ ਕੀ ਜਾ ਰਿਹਾ ਅਜੇ ਅਸੀਂ ਨਿਆਰੇ ਆ ਇਹ ਹੁਣ ਆਪਣੇ ਆਪ ਪੜ੍ਹੇ ਲਿਖੇ ਵੀਰ ਭੈਣਾ ਸੋਚ ਲੋ ਮੈਂ ਤੁਹਾਨੂੰ ਕੋਈ ਜ਼ਿਆਦਾ ਡੂੰਗੀ ਫਲਸਫੀ ਨਹੀਂ ਦੱਸ ਰਿਹਾ ਮੈਂ ਸਿਰਫ ਤੁਹਾਨੂੰ ਉਤਲੀ ਗੱਲ ਦੱਸ ਰਿਹਾ ਕਿ ਇਤੋਂ ਅੰਦਾਜ਼ਾ ਲਾ ਲਓ ਕਿ ਜੇ ਸਾਡੇ ਗੁਰੂ ਪਾਤਸ਼ਾਹ ਦੇ ਕਈ ਬੰਦੇ 70 70 80 80 ਸਾਲ ਦੇ ਵੀ ਆਪਣਾ ਜਨਮ ਦਿਨ ਮਨਾਉਂਦੇ ਆ ਉਹਨਾਂ ਦੇ ਬੱਚੇ ਮਨਾਉਂਦੇ ਆ ਵੀ ਅੱਜ ਸਾਡੇ ਪਾਪਾ ਜੀ ਦਾ ਜਨਮ ਦਿਨ ਆ ਜੇ ਬਜ਼ੁਰਗਾਂ ਦੇ ਹਰ ਸਾਲ ਜਨਮ ਦਿਨ ਨਹੀਂ ਬਦਲਦੇ ਤੁਹਾਡੇ ਜਵਾਕਾਂ ਦੇ ਜਨਮ ਦਿਨ ਨਹੀਂ ਬਦਲਦੇ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਨਹੀਂ ਬਦਲਦੇ ਕਦੀ ਸੋਚਿਆ ਗੁਰੂ ਪਾਤਸ਼ਾਹ ਦੇ ਪ੍ਰਕਾਸ਼ਪੁਰ ਦੀਆਂ ਡੇਟਾਂ ਕਿਉਂ ਬਦਲਦੀਆਂ ਜਿੱਦਨ ਅਸੀਂ ਸਾਡਾ ਪੜਿਆ ਲਿਖਿਆ ਵਰਗ ਐਦਾਂ ਬੈਠ ਕੇ ਸਾਰੇ ਸਿਰ ਜੋੜ ਕੇ ਗੱਲਾਂ ਕਰਨ ਲੱਗ ਪਏ ਪਰ ਜੇ ਸਾਡਾ ਇਸ ਬੰਨੇ ਸਾਡੀ ਕੋਈ ਕੋਠੀ ਕਿਰਾਏਦਾਰ ਮਾਲ ਲੈਵੇ ਨਾ ਜਦੋਂ ਤੱਕ ਅਸੀਂ ਉਹਦੇ ਕੋਲੋਂ ਕੋਠੀ ਖਾਲੀ ਨਹੀਂ ਕਰਾ ਲੈਂਦੇ ਉਦੋਂ ਤੱਕ ਅਸੀਂ ਸਾਹ ਨਹੀਂ ਲੈਂਦੇ ਤੁਸੀਂ ਵੇਖਣਾ ਕਈ ਬੰਦੇ ਕਿਰਾਏਦਾਰ ਥੋੜੀ ਦੇਰ ਬਾਅਦ ਬਦਲ ਦਿੰਦੇ ਆ ਵੀ ਕਿਤੇ ਪੱਕਾ ਹੀ ਨਾ ਕਬਜ਼ਾ ਕਰਕੇ ਬਹਿ ਜਾਣ ਆ ਕਈ ਪਹਿਲੀ ਵਾਹੁੰਦੇ ਆ ਠੇਕੇ ਤੇ ਉਹ ਵੀ ਪਹਿਲੀ ਥੋੜੀ ਜਿਹੀ ਦੇਰ ਬਾਅਦ ਚੇਂਜ ਕਰ ਦਿੰਦੇ ਠੇਕੇਦਾਰ ਵੀ ਕਿਤੇ 5-7 ਵਾਰ ਲਗਾਤਾਰ ਵਾਲੀ ਤੇ ਮੁੜ ਕੇ ਉਹ ਕਿਤੇ ਪੱਕਾ ਹੀ ਨਾ ਕਬਜ਼ਾ ਕਰ ਲੇ ਸਾਨੂੰ ਆਪਣੀਆਂ ਜ਼ਮੀਨਾਂ ਦੀ ਚਿੰਤਾ ਵਾ ਸਾਨੂੰ ਆਪਣੇ ਘਰ ਦੀ ਚਿੰਤਾ ਵਾ ਸਾਨੂੰ ਆਪਣੇ ਪਲਾਟ ਦੀ ਚਿੰਤਾ ਵਾ ਕੌਮੀ ਘਰ ਬਾਰੇ ਆਪਣੇ ਗੁਰੂ ਬਾਰੇ ਗੁਰੂ ਦੀ ਵਿਚਾਰ ਬਾਰੇ ਚਿੰਤਾ ਹੀ ਕੋਈ ਨਹੀਂ ਆਗੀ ਪੜਿਆ ਲਿਖਿਆ ਵਰਗ ਪਤਾ ਬਹੁਤਾ ਕੀ ਸੋਚਦਾ ਅਸੀਂ ਇਹਨਾਂ ਲੜਾਈਆਂ 'ਚ ਕੀ ਲੈਣਾ ਜੀ ਮਾਫ ਕਰਨਾ ਸੋਚ ਇਹ ਹੁੰਦੀ ਅਸੀਂ ਇਹ ਲੜਾਈ 'ਚ ਬੋਲੋ ਸਾਰੇ ਅਸੀਂ ਇਸ ਲੜਾਈ 'ਚ ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਚਦੇ ਵੀ ਮੈਂ ਇਹੋ ਜੇ ਕੰਮ ਚੋਂ ਕੀ ਲੈਣਾ ਮੈਂ ਤਾਂ ਸਚੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਚੰਗੇ ਭਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਚਾਰੇ ਸਾਹਿਬਜ਼ਾਦੇ ਕੋਲ ਹਿੰਦੂ ਪਹਾੜੀ ਰਾਜੇ ਤੇ ਉਹਨਾਂ ਕੋਲੋਂ ਪੇਟਾਵਾਂ ਲੈ ਕੇ ਆ ਰਹੇ ਆ ਪ੍ਰਸ਼ਾਦੀ ਹਾਥੀ ਅੱਜ ਦੇ ਸਮੇਂ ਚ ਐਡੀ ਮਹਿੰਗੀ ਗੱਡੀ ਹੈ ਨਹੀਂ ਕੀ ਜਿੱਡਾ ਮਹਿੰਗਾ ਸੀ ਪ੍ਰਸ਼ਾਦੀ ਹਾਥੀ ਉਹ ਤੇ ਗੁਰੂ ਸਾਹਿਬ ਨੂੰ ਪੇਟਾ ਕਰ ਰਹੇ ਆ ਗੁਰੂ ਸਾਹਿਬ ਦੇ ਕੋਲ ਤੇ ਹਰ ਇੱਕ ਚੀਜ਼ ਸੁੱਖ ਸਹੂਲਤ ਵਾ ਤੇ ਪਾਤਸ਼ਾਹ ਜੀ ਨੇ ਇਹ ਸਾਰੇ ਵਿਖੜੇ ਪੈਂਡੇ ਕਿਨਾਂ ਲਈ ਹੰਡਾਏ ਉੱਚੀ ਬੋਲੋ ਹਾਂ ਜੀ ਸਾਡੇ ਲਈ ਤੇ ਅੱਜ ਉਹ ਸੇਖ ਉਸ ਕੌਮ ਦਾ ਸੇਖ ਕੀ ਕਹਿ ਰਿਹਾ ਅਸੀਂ ਇਸ ਲੜਾਈ ਚੋਂ ਇਹ ਲੜਾਈ ਆ ਇਹ ਜੰਗ ਵਾ ਹੁਣ ਇੱਕ ਬੰਨੇ ਮਨਮਤ ਵਾ ਤੇ ਇੱਕ ਬੰਨੇ ਗੁਰਮਤ ਵਾ ਇਹ ਫੈਸਲਾ ਕਰਨਾ ਪੈਣਾ ਹੁਣੇ ਮੈਂ ਬਾਹਰ ਸੀ ਨਾ ਜਦੋਂ ਮੈਂ ਅੰਦਰ ਵੀਰ ਬੋਲ ਰਿਹਾ ਸੀ ਤੇ ਮੈਂ ਮਹਿਸੂਸ ਕਰ ਰਿਹਾ ਸੀ ਜਦੋਂ ਤੁਸੀਂ ਚੰਗਾ ਕੰਮ ਕਰਨਾ ਲਤ ਡਾਉਣ ਵਾਲਿਆਂ ਨੇ ਯੋਰ ਪੂਰਾ ਲਾਉਣਾ ਲਾਉਣਾ ਤੇ ਸੰਗਤਾਂ ਦਾ ਫਰਜ਼ ਬਣਦਾ ਜੇ ਅੱਜ ਅਸੀਂ ਚੰਗੇ ਬੰਦਿਆਂ ਦਾ ਸਾਥ ਨਾ ਦਿੱਤਾ ਬਾਅਦ ਵਿੱਚ ਤੁਹਾਨੂੰ ਕਿਸੇ ਨੂੰ ਉਲਾਮਾ ਦੇਣ ਦਾ ਕੋਈ ਹੱਕ ਨਹੀਂ ਹੈਗਾ ਜੇ ਅੱਜ ਅਸੀਂ ਚੰਗਿਆਂ ਬੰਦਿਆਂ ਦੇ ਨਾਲ ਨਾ ਖਲੋਤੇ ਫਿਰ ਚੋਂ ਬੰਦਿਆਂ ਚ ਖਲੋ ਕੇ ਕਦੀ ਨਾ ਕਿਓ ਕਿ ਭਾਈ ਗੁਰਮਤਿ ਲਾਗੂ ਹੁੰਦੀ ਕੋਈ ਨਹੀਂ ਕੋ ਗੁਰਮਤਿ ਦਾ ਪ੍ਰਚਾਰ ਤੇ ਕਰਦਾ ਕੋਈ ਨਹੀਂ ਜੇ ਅਸੀਂ ਅੱਖਾਂ ਬਲੇਕ ਐ ਤਨ ਜੇ ਬਲੇਟ ਕੇ ਘਰਾਂ ਨੂੰ ਤੁਰ ਪਏ ਮਾਫ ਨਹੀਂ ਕਿਸੇ ਨੇ ਸਾਨੂੰ ਮਾਫ ਨਹੀਂ ਕਰਨਾ ਅੱਜ ਸਮਾਂ ਵਾ ਕਿ ਸਾਨੂੰ ਸਾਰਿਆਂ ਨੂੰ ਜਾਗਣਾ ਪੈਣਾ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਪੈਣਾ ਕਿ ਇਹ ਇੱਕ ਪੰਥ ਇੱਕ ਗ੍ਰੰਥ ਦੀ ਗੱਲ ਆ ਜਿਹੜੀ ਗੱਲ ਗੁਰੂ ਪਾਤਸ਼ਾਹ ਦੀ ਬਾਣੀ ਕਹਿ ਰਹੀ ਹੈ ਕਿ ਪੰਡਤ ਮੁੱਲਾ ਛਾੜੇ ਦੋ ਉਹ ਪੰਡਤ ਤੇ ਮੁੱਲਾ ਛੱਡਣ ਦਾ ਅਰਥ ਕੀ ਸੀ ਉਹ ਵਿਚਾਰਧਾਰਾ ਦੀ ਗੱਲ ਸੀ ਵਰਤਣਾ ਰਹੋ ਨਾ ਨਾ ਰਮਦਾਨਾ ਹੁਣ ਵਰਤ ਕੌਣ ਰੱਖਦੇ ਸੀ ਹਿੰਦੂ ਵੀਰ ਰਮਜ਼ਾਨ ਦੇ ਮਹੀਨੇ ਚ ਰੋਜ਼ੇ ਕੌਣ ਰੱਖਦੇ ਸੀ ਮੁਸਲਮਾਨ ਭਰਾ ਹੁਣ ਇਹਦਾ ਅਰਥ ਨਹੀਂ ਵੀ ਤੁਸੀਂ ਕਾਰੋਬਾਰ ਸਾਂਝੇ ਨਹੀਂ ਕਰਨੇ ਪਰ ਤੁਹਾਨੂੰ ਕੋ ਕਹਵੇ ਤੁਸੀਂ ਰੋਜ਼ੇ ਰੱਖੋ ਤੁਸੀਂ ਕਹੋਗੇ ਭਰਾ ਇੱਥੇ ਆਪਣਾ ਥੋੜਾ ਜਿਹਾ ਫਰਕ ਹੈਗਾ ਵੀ ਅਸੀਂ ਤੇ ਭੋਜਨ ਪਾਣੀ ਛੱਕਦੇ ਆ ਸਾਡੇ ਚ ਇਦਾਂ ਦਾ ਕੋਈ ਕੰਮ ਨਹੀਂ ਹੈਗਾ ਕਿ ਅਸੀਂ ਅੰਨ ਛੱਡ ਕੇ ਕਹੀਏ ਵੀ ਲੰਬੀ ਉਮਰ ਹੁੰਦੀ ਆ ਸਾਡੇ ਸਮਾਜ ਚ ਵਰਤ ਰੱਖੇ ਜਾਂਦੇ ਆ ਪਤੀ ਦੀ ਲੰਬੀ ਉਮਰ ਵਾਸਤੇ ਭੈਣਾਂ ਵਰਤ ਰੱਖਦੀਆਂ ਹਾਂ ਜੇ ਕੋਈ ਇਹ ਕਹਿੰਦਾ ਵੀ ਬੀਬੀ ਵਰਤ ਰੱਖੂਗੀ ਇਹਦੀ 2-4 ਸਾਲ ਉਮਰ ਵਾਜੂ ਤੇ ਗੱਲ ਫੱਬਦੀ ਸੀ ਪਰ ਇਹ ਪਹਿਲਾ ਸਮਾਜ ਵਿੱਚ ਸਿਸਟਮ ਆ ਕਿ ਭੁੱਖਾ ਕੋਈ ਰਵੇ ਤੇ ਉਮਰ ਇੱਕ ਵਰਤ ਇਦਾਂ ਦਾ ਬਣਾਇਆ ਵੀ ਕਿਸੇ ਕੋਈ ਮਰਦ ਵੀ ਰੱਖੇ ਔਰਤ ਵਾਸਤੇ ਅਜੇ ਕਿਰਾਏ ਤੇ ਕਮਰਾ ਨਹੀਂ ਕੋਈ ਦਿੰਦਾ ਔਰਤੋ ਬਿਨਾ ਦਿੰਦਾ ਜੀ ਤੁਸੀਂ ਕਿਸੇ ਨੂੰ ਘਰ ਦੇਣਾ ਹੋਵੇ ਕਿਰਾਏ ਤੇ ਪਹਿਲਾਂ ਪੁੱਛਦੇ ਪਰਿਵਾਰ ਹੈ ਨਾਲ ਅਜੇ ਬੀਬੀ ਦੇ ਨਾਲ ਦੋ ਬੱਚੇ ਹੋਣ ਤੇ ਕੋਈ ਕਹਿਣਗੇ ਭਈ ਕੋਈ ਗੱਲ ਨਹੀਂ ਪੈਣਾ ਜਿੱਦਾਂ ਦਾ ਸਾਡਾ ਪਰਿਵਾਰ ਉਦਾਂ ਦਾ ਤੇਰਾ ਪਰਿਵਾਰ ਬੱਚੇ ਬੱਚੀਆਂ ਤੁਹਾਡੇ ਕੋਈ ਨਹੀਂ ਪਰ ਜੇ ਇਕੱਲਾ ਬੰਦਾ ਹੋਏਗਾ 100 ਵਾਰ ਸੋਚਣਗੇ ਅਗਲੇ ਪਰ ਫਿਰ ਵੀ ਇੱਥੇ ਬੀਬੀ ਵਿਚਾਰੀ ਸਵੇਰ ਦੀ ਭੁਖੀ ਬੈਠੀ ਆ ਧਰਮ ਦੇ ਨਾਂ ਤੇ ਤੇ ਉਹਦੇ ਦਿਮਾਗ 'ਚ ਪਤਾ ਕੀ ਪਾਇਆ ਤੂੰ ਭੁਖੀ ਰਹਿ ਤੇਰੇ ਪਤੀ ਦੀ ਦੱਸੋ ਹੱਦ ਹੋ ਗਈ ਵੀ ਭੁਖੀ ਉਹ ਬੈਠੀ ਆ ਉਮਰ ਉਹਦੀ ਵੱਸ ਸਕਦੀ ਆ ਜੇ ਭੁਖੇ ਰਹਿਣਾ ਬੰਦ ਉਹਦੀ ਵੀ ਉਹ ਥੋੜਾ ਬੋਤਾ ਭੋਜਨ ਘਟ ਛਕੇਗਾ ਕਿਉਂਕਿ ਇਹ ਵੀ ਗੁਰਮਤ ਦਾ ਪੱਖ ਹੈ ਹੌ ਤਸ ਘੋਲ ਕਮਾਇਆ ਥੋੜਾ ਸਮੇ ਥੋੜਾ ਹੀ ਖਾਵੇ ਥੋੜਾ ਖਾਓਗੇ 2-4 ਸਾਲ ਉਮਰ ਵੱਧ ਸਕਦੀ ਹੈ ਤੁਹਾਡੀ ਗੱਲ ਫੱਬਦੀ ਹੈ ਵੀ ਜੇ ਬੰਦਾ ਕੋਈ ਆਪ ਭੁਖਾ ਰਵੇਗਾ ਤੇ ਉਹਦਾ ਫਾਇਦਾ ਹੋਏਗਾ ਪਰ ਧਰਮ ਦੇ ਨਾਂ ਤੇ ਵਰਤ ਰਖਾਏਗਾ ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਵਰਤ ਨਾ ਰਹੁ ਅਸੀਂ ਵਰਤ ਨਹੀਂ ਰਖਦੇ ਨਾ ਮੈਂ ਰਮਜ਼ਾਨਾ ਤਿਸ ਸੇਵੀ ਜੋ ਰੱਖੇ ਨਦਾਨਾ ਇੱਕ ਗੁਸਾਈ ਦੋ ਸ਼ਬਦ ਵਰਤੇ ਗੁਸਾਈ ਤੇ ਅੱਲਾ ਕਿਉਂਕਿ ਗੁਸਾਈ ਵਰਦੇ ਸੀ ਹਿੰਦੂ ਵੀਰ ਤੇ ਅੱਲਾ ਵਰਦੇ ਸੀ ਮੁਸਲਮਾਨ ਦੋਵੇਂ ਸ਼ਬਦ ਸਾਂਝੇ ਆ ਗਏ ਕਹਿੰਦੇ ਜਿਹੜੇ ਇਹ ਗੁਸਾਈ ਆਂਦੇ ਆ ਉਹ ਅੱਲਾ ਆਂਦੇ ਆ ਅਸੀਂ ਇਹਨਾਂ ਨਾਵਾਂ ਦੇ ਚੱਕਰਾਂ 'ਚ ਨਹੀਂ ਪੈਂਦੇ ਕਿ ਤੁਸੀਂ ਅੱਲਾ ਕਹਿਣਾ ਕਿ ਗੁਸਾਈ ਕਹਿਣਾ ਕਿਉਂਕਿ ਇਹ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਵਾਂ ਨੇ ਮੇਰਾ ਵੀ ਮੈਂ ਨੇ ਬੇੜਾ ਕਰ ਦਿੱਤਾ ਵਾ ਹੁਣ ਜਿਵੇਂ ਇੱਕ ਪਾਣੀ ਦਾ ਗਲਾਸ ਸੀ ਇਦਾਂ ਪਿਆ ਇਹ ਕਹਿੰਦਾ ਵਾਟਰ ਆ ਦੂਜਾਂ ਦਾ ਤੋਏਂਗਾ ਪਾਣੀ ਕਹਿੰਦੇ ਤੋਏਂ ਨੂੰ ਦੂਜਾਂ ਦਾ ਪਾਣੀ ਆ ਤੀਜਾਂ ਦਾ ਜਲਵਾ ਲੜਾਈ ਪਾਲੀ ਵੀ ਇਹਦੇ ਨਾਂ ਆਵਾ ਇੱਕ ਸਿਆਣਾ ਬਜ਼ੁਰਗ ਆਇਆ ਆਂਦਾ ਕਮਲਿਓ ਲੜੋ ਨਾ ਇਹਨੂੰ ਗਲਾਸ ਨੂੰ ਫੜ ਕੇ ਮੂੰਹ ਨਾਲ ਲਾ ਕੇ ਪੀ ਲੋ ਇਹਨੇ ਅੰਦਰ ਜਾ ਕੇ ਤਿੰਨਾਂ ਦੇ ਕੰਮ ਇੱਕੋ ਜਿਹਾ ਹੀ ਕਰਨਾ ਵੀ ਪਾਣੀ ਦੇ ਨਾਂ ਤੇ ਲੜਾਈ ਕਾਦੀ ਇੱਥੇ ਲੜਾਈ ਪਈ ਸੀ ਤੂੰ ਕਿਹਾ ਛੋੜ ਰਾਮ ਕੀ ਨਾ ਭਜੇ ਖੁਦਾਏ ਇਸੇ ਵੀ ਲੜਾਈ ਹੋਈ ਵੀ ਤੂੰ ਛੋੜ ਰਾਮ ਕੀ ਉਹ ਆਂਦੇ ਸੀ ਖੁਦਾ ਕਹਿਣ ਨਾ ਕਿ ਤੇਰਾ ਛਡਕਾਰਾ ਹੋਣਾ ਤੂੰ ਰਾਮ ਰਾਮ ਕਰਦਾ ਤੇ ਮਾਂ ਨੇ ਆਖਿਆ ਛੱਡ ਦੇ ਰਾਮ ਤੂੰ ਕਹਿੰਦਾ ਮਾਂ ਮੈਨੂੰ ਪਤਾ RAM ਕਹਿਣ 'ਚ ਫਰਕ ਕੋਈ ਨਹੀਂ ਹੈਗਾ ਪਰ ਇਹਨਾਂ ਦੇ ਆਖੇ ਨਹੀਂ ਕਹਿਣਾ ਇਹਨਾਂ ਦੇ ਆਖੇ ਕਹੂੰਗਾ ਤੇ ਗੁਲਾਮੀ ਆ ਉਦਾਂ ਮੈਨੂੰ ਪਤਾ ਕਿ ਈਬੇ ਬੀਠਲ ਉਬੇ ਬੀਠਲ ਬੀਠਲ ਬਹਿਣਾ ਸੰਸਾਰ ਨੇ ਪਰ ਇਹਨਾਂ ਦੇ ਆਖੇ ਨਹੀਂ ਕਹਿਣਾ ਉਹ ਕਹੇ ਛੋੜ RAM ਕੀ ਨਾ ਭਜਿਆ ਖੁਦਾਏ ਤੂੰ ਖੁਦਾ ਖੁਦਾ ਕਹਿ ਜੇ ਜਾਨ ਬਚਾਉਣੀ ਆ ਕਹਿੰਦਾ ਮਾਂ ਇਹ ਗੱਲ ਨਹੀਂ ਹੈਗੀ ਉਦਾਂ ਖੁਦਾ ਵੀ ਉਹਨੂੰ ਕਹਿ ਲਾ ਉਹਨੂੰ RAM ਕਹਿ ਲਾ ਉਹਨੂੰ ਰਹੀਮ ਕਹਿ ਲਾ ਉਹਨੂੰ ਦਮੋਦਰ ਕਹਿ ਲਾ ਉਹਨੂੰ ਗੋਬਿੰਦ ਕਹਿ ਲਾ ਜਿਹੜਾ ਮਰਜੀ ਸ਼ਬਦ ਬੋਲ ਦੇ ਕੋਈ ਫਰਕ ਨਹੀਂ ਪੈਂਦਾ ਪਰ ਇਹਨਾਂ ਲੋਕਾਂ ਦੇ ਆਖੇ ਨਹੀਂ ਕਹਿਣਾ ਇਹ ਸਿੱਖ ਮਾਂ ਨੇ ਪੁੱਤ ਸਿਰਫ ਇਸ ਲਈ ਪੈਦਾ ਕੀਤੇ ਨੇ ਕਿ ਮਰ ਜਾਣ ਮਾਫ ਕਰਨਾ ਜੀ